ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵੱਡੀ ਦੁੱਖਦਾਈ ਖਬਰ ਹੈ ਦੇਸ਼ ਦੇ ਵਿੱਚ ਉਹ ਜਿੱਥੇ ਚਾਰ ਮੰਜ਼ਲੀ ਇਮਾਰਤ ਡਿੱਗ ਗਈ ਆ ਵਿਸ਼ੀਆਂ ਲਾਸ਼ਾਂ ਹਰ ਪਾਸੇ ਸ਼ਾਈ ਸੋਗ ਦੀ ਲਹਿਰ ਵੀਡੀਓ ਨੂੰ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਮੁਬਈ ਦੇ ਵਿੱਚ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਇੱਕ ਵੱਡਾ ਹਾਦਸਾ ਵਾਪਰਿਆ। ਬੁੱਧਵਾਰ ਰਾਤ ਨੂੰ ਤੇਜ਼ بارش ਦੇ ਕਾਰਨ ਮਲਾੜ West ਖੇਤਰ ਦੇ ਵਿੱਚ ਸਥਿਤ ਇੱਕ ਚਾਰ ਮੰਜ਼ਿਲਾ ਇਮਾਰਤ ਭਾਰੀ بارش ਕਾਰਨ ਢਹਿ ਗਈ। ਸਥਾਨਕ ਲੋਕਾਂ ਦੇ ਅਨੁਸਾਰ ਆਸ-ਪਾਸ ਦੀਆਂ ਦੋ ਹੋਰ ਇਮਾਰਤਾਂ ਦੇ ਉੱਪਰ ਢਹਿ ਗਈ ਜਿਸ ਕਾਰਨ ਹਾਦਸੇ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਆ 8 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਇਸ ਦੇ ਨਾਲ ਹੀ ਬਚਾਅ ਕਰਮਚਾਰੀਆਂ ਵੱਲੋਂ ਮਲਬੇ ਤੋਂ 15 ਲੋਕਾਂ ਨੂੰ ਬਚਾਇਆ ਗਿਆ ਇਹਨਾਂ ਦੇ ਵਿੱਚ ਬੱਚੇ ਅਤੇ ਔਰਤਾਂ ਸ਼ਾਮਲ ਹਨ ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਬ੍ਰਹਮਬਾਈ ਨਗਰ ਨਿਗਮ ਦੀ ਟੀਮ ਮੌਕੇ ਤੇ ਪਹੁੰਚ ਗਈ ਲੋਕਾਂ ਨੂੰ ਬਚਾਉਣ ਦੇ ਲਈ ਉੱਥੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ ਗਏ ਬੀ ਐਮ ਸੀ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਆਸ-ਪਾਸ ਦੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ ਇਸ ਦੇ ਨਾਲ ਹੀ ਮਲਬੇ ਦੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਤੇਜ਼ੀ ਨਾਲ ਰਾਹਤ ਕਾਰਜ ਕੀਤੇ ਜਾ ਰਹੇ ਹਨ ਦੂਜੇ ਪਾਸੇ ਮੋਬਾਈ ਦੇ ਡੀ ਐਸ ਪੀ ਜੋਨ 11 ਵਿਸ਼ਾਲ ਠਾਕੁਰ ਦਾ ਕਹਿਣਾ ਹੈ ਕਿ ਮਲਬੇ ਦੇ ਵਿੱਚ ਫਸੇ ਹੋਣ ਕਾਰਨ ਕੁਝ ਹੋਰ ਲੋਕਾਂ ਦੇ ਡਰ ਹੋਣ ਦੀ ਖਬਰ ਹੈ ਬਚਾਅ ਟੀਮਾਂ ਉਸ ਦੀ ਭਾਲ ਕਰ ਰਹੀਆਂ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਜਾ ਰਿਹਾ ਇਸ ਹਾਦਸੇ ਤੇ ਮਹਾਰਾਸ਼ਟਰ ਦੇ ਮੰਤਰੀ ਅਸਲਮ ਸ਼ੇਖ ਦਾ ਕਹਿਣਾ ਹੈ ਕਿ ਭਾਰੀ بارش ਕਾਰਨ ਇਹ ਇਮਾਰਤਾਂ ਟੱਗੀਆਂ ਹਨ ਬਚਾਅ ਕਾਰਜ ਚੱਲ ਰਿਹਾ ਹੈ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਵਾਸਤੇ ਲੋਕਾਂ ਦੀ ਪਾਲ ਵਿੱਚ ਮਲਬੇ ਨੂੰ ਵੀ ਹਟਾਇਆ ਜਾ ਰਿਹਾ ਹੈ ਦੱਸਦੀ ਹੈ ਦੱਖਣ ਪੱਛਮੀ ਮਾਨਸੂਨ ਨੇ ਮumbai ਵਿੱਚ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਸਤਕ ਦਿੱਤੀ ਪਹਿਲੇ ਦਿਨ ਬਹੁਤ ਜਾਰੀ ਭਾਰੀ ਬਾਰਸ਼ ਨੇ ਦੇਸ਼ ਦੀ ਵਿੱਤੀ ਰਾਜਸਥਾਨੀ ਅਤੇ ਇਸ ਦੇ ਉਪ ਨਗਰਾਂ ਵਿੱਚ ਕਈ ਥਾਵਾਂ ਤੇ ਪਾਣੀ ਪਾਣੀ ਕਰ ਦਿੱਤਾ ਆਮ ਜਨ ਜੀਵਨਿਤ ਪ੍ਰਭਾਵਿਤ ਹੋ ਗਿਆ ਸੜਕ ਆਵਾਜਾਈ ਸਥਾਨਕ ਰੇਲ ਸੇਵਾਵਾਂ ਖਰਾਬ ਹੋ ਗਈਆਂ ਸੋ ਭਾਰਤੀ ਮੌਸਮ ਵਿਭਾਗ ਨੇ ਮumbai ਅਤੇ ਗਵਾਂਡੀ ਥਾਣੇ ਪਾਲਕਰ ਅਤੇ ਰਾਏਗੜ ਜ਼ਿਲ੍ਹਿਆਂ ਦੇ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਧੰਨ